ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਕਾਇਨਾਤ ਨੂੰ ਬੇਨਤੀ ਕਰਦੇ ਹਾਂ ਕਿ ਜੋ ਆ ਸ਼ਮਸ਼ਾਨ ਘਾਟ ਦੀ ਜਗ੍ਹਾ ਹੈ, ਇਹਦੇ ਚ ਅਸੀਂ ਕੱਲ ਮਾਤਾ ਦਾ ਸੰਸਕਾਰ ਕੀਤਾ ਤੇ ਅੱਜ ਜੋ ਫੁੱਲਾਂ ਦੀ ਰਸਮ ਹੈ ਉਹ ਵੀ ਅਸੀਂ ਨੇ ਨਿਭਾਈ ਹੈ ਤੇ ਆ ਫੁੱਲ ਅਸੀਂ ਨਹਿਰ ਦੇ ਵਿਚ ਪਿੰਡੀ ਪਾ ਕੇ ਆਉਣੇ ਨੇ ਤੇ ਸ਼ਮਸ਼ਾਨ ਘਾਟ ਦੀ ਜੋ ਜਗ੍ਹਾ ਹੈ ਸੰਸਕਾਰ ਕਰਨ ਦੀ ਉਹ ਅਸੀਂ ਬਿਲਕੁਲ ਵਿਹਲੀ ਕਰ ਦਿੱਤੀ ਤੇ ਇੱਥੋਂ ਰਾਖ ਚੱਕ ਕੇ ਜੋ ਵੀ ਮਟੀਰੀਅਲ ਲੱਕੜਾਂ ਦੀ ਰਾਖ ਲਾ ਲਓ, ਵਿੱਚ ਹੱਡੀਆਂ ਦੀ ਰਾਖ ਸਰੀਰ ਦੀ ਜੋ ਹੈ ਉਹ ਅਸੀਂ ਚੱਕ ਕੇ ਨਹਿਰ ਦੇ ਵਿਚ ਪਹਿਲਾਂ ਤੇਰ ਆਏ ਹਾਂ ਤੇ ਇਸ ਤੋਂ ਬਾਅਦ ਜਿਹੜੇ ਫੁੱਲ ਬਚੇ ਨੇਗੇ ਅਸਥੀਆਂ ਹੱਡੀਆਂ ਜਿਹੜੀਆਂ ਨੇਗੀਆਂ ਉਹਨਾਂ ਨੂੰ ਵੀ ਅਸੀਂ ਨਹਿਰ ਦੇ ਵਿਚ ਪਿੰਡ ਦੀ ਨਹਿਰ ਦੇ ਵਿਚ ਪਾ ਕੇ ਆਵਾਂਗੇ। ਇੱਥੋਂ ਤਕਰੀਬਨ ਅੱਧਾ ਕਿਲੋਮੀਟਰ ਦਾ ਰਸਤਾ ਹੈ, ਪਿੰਡ ਦੇ ਵਿਚ ਹੀ ਨਹਿਰ ਹੈ, ਸਾਡੇ ਖੇਤਾਂ ਦੇ ਵਿਚ ਹੀ ਪਾਣੀ ਲੱਗਦਾ ਉਸਦਾ ਤੇ ਉੱਥੇ ਅਸੀਂ ਪਾ ਕੇ ਆਵਾਂਗੇ। ਇਹ ਜਿਹੜੀ ਸ਼ਮਸ਼ਾਨ ਘਾਟ ਦੀ ਜਗ੍ਹਾ ਹੈ ਇਸ ਨੂੰ ਕੋਈ ਵਿਹਲੀ ਨਹੀਂ ਕਰਦਾ, ਮੁੱਠੀ ਭਰ ਫੁੱਲ ਚੁੱਕ ਕੇ ਇੱਥੋਂ ਹੱਡੀਆਂ ਲਿਜਾ ਕੇ ਤੇ ਉਹ ਤੈਰ ਕੇ ਆਉਂਦੇ ਨੇ, ਜਿਵੇਂ ਗੰਗਾ ਜਾਂਦੇ ਨੇ, ਕਈ ਜਾਂਦੇ ਨੇਗੇ ਮਤਲਬ ਕੀਰਤਨਪੁਰ, ਪਰ ਇੱਥੋਂ ਦੀ ਜੋ ਸਾਫ਼ ਸਫਾਈ ਹੈ ਉਸ ਦਾ ਖਿਆਲ ਕੋਈ ਨਹੀਂ ਰੱਖਦਾ। ਆਹ ਦੇਖੋ ਪਰਲੇ ਪਾਸੇ ਅਸੀਂ ਬਿਲਕੁਲ ਸਫਾਈ ਕਰ ਦਿੱਤੀ ਤੇ ਇਧਰਲੇ ਪਾਸੇ ਜੋ ਸ਼ਮਸ਼ਾਨ ਘਾਟ ਦੀ ਜੋ ਜਗ੍ਹਾ ਹੈ ਜਿੱਥੇ ਆਪਾਂ ਸੰਸਕਾਰ ਕਰਦੇ ਹਾਂ ਉਹਦੇ ਵਿਚ ਰਾਖ ਉਸੇ ਤਰ੍ਹਾਂ ਹੀ ਪਈ ਹੈ। ਸਾਫ਼ ਸਫਾਈ ਦੀ ਜ਼ਰੂਰਤ ਹੈ, ਅਸੀਂ ਇਸ ਆਪਣੇ ਕੰਮ ਤੋਂ ਭੱਜਦੇ ਹਾਂ, ਇਹ ਸਾਨੂੰ ਭੱਜਣਾ ਨਹੀਂ ਚਾਹੀਦਾ, ਬਾਖੂਬੀ ਆਪਾਂ ਨੂੰ ਡਿਊਟੀ ਨਿਭਾਉਣੀ ਚਾਹੀਦੀ ਹੈ। ਇਧਰ ਵੀ ਰਾਖ ਕਿੰਨੀ ਕੱਢੀ ਪਈ ਹੈ, ਜਿਹਦਾ ਵੀ ਕੋਈ ਬੱਚਾ ਬਜ਼ੁਰਗ ਚੜਾਈ ਕਰ ਜਾਂਦਾ ਹੈਗਾ ਉਹਨੂੰ ਆ ਕੇ ਪਹਿਲਾਂ ਸਫਾਈ ਕਰਨੀ ਪੈਂਦੀ ਹੈ ਤੇ ਉਸ ਤੋਂ ਬਾਅਦ ਸੰਸਕਾਰ ਕਰਦੇ ਨੇ। ਇਹ ਜੋ ਮਾਤਾ ਦਾ ਪੁੱਤਰ ਹੈ ਇਹ ਅੱਜ ਆਪਣੇ ਪਿੰਡ ਦੇ ਵਿਚ ਨਹਿਰ ਦੇ ਵਿਚ ਫੁੱਲ ਤੇਰ ਕੇ ਆਵੇਗਾ। ਹਾਂਜੀ ਬੇਅੰਤ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਦੋਸਤੋ ਮੇਰੀ ਬੇਨਤੀ ਹੈ ਵੀ ਮੇਰੇ ਮਾਤਾ ਜੀ ਗੁਜ਼ਰ ਗਏ ਤੇ ਚਲੋ ਠੀਕ ਹੈ, ਉਹ ਬਿਮਾਰ ਸੀਗੇ, ਮੈਂ ਉਹਨਾਂ ਤੇ ਬੜਾ ਪੈਸਾ ਲਾਇਆ ਹਨਾ, ਸੇਵਾ ਬਹੁਤ ਕੀਤੀ ਹੈ, ਪਰ ਇਹ ਤੋਂ ਬਿਨਾਂ ਜਿਹੜੇ ਆਪਾਂ ਭੋਗ ਦੇ ਡੰਡ ਕਮੰਡ ਨੇ, ਜਿਵੇਂ ਕਿ ਭੋਗ ਤੋਂ ਪਹਿਲਾਂ ਆਪਾਂ ਫੁੱਲਾਂ ਦੀ ਰਸਮ ਕਰਦੇ ਹਾਂ ਹਨਾ, ਕਿਤੇ ਦੂਰ ਜਿਵੇਂ ਆਪਾਂ ਕੀਰਤਪੁਰ ਜਾਂਦੇ ਹਾਂ ਜਾਂ ਗੰਗਾ ਜਾਂਦੇ ਹਾਂ, ਆਉਂਦੇ ਜਾਂਦੇ ਲੋਕਾਂ ਦੇ ਐਕਸੀਡੈਂਟ ਹੋ ਜਾਂਦੇ ਨੇ, ਉਹਨਾਂ ਚੀਜ਼ਾਂ ਨੂੰ ਆਪਾਂ ਰੋਕਣਾ ਹੈ। ਆ ਬਿਲਕੁਲ ਪਿੰਡ ਦੇ ਵਿੱਚ ਨਹਿਰ ਹੈ, ਉੱਥੇ ਪਾ ਕੇ ਆਵਾਂਗੇ, ਔਰ ਇੱਥੋਂ ਦੀ ਸਫਾਈ ਕਰਤੀ ਅਸੀਂ ਨੇ, ਇੱਥੋਂ ਚੱਕਤਾ ਸਭ ਕੁਛ, ਕੋਈ ਅਸੀਂ ਆਟੇ ਦੀਆਂ ਪਿੰਨੀਆਂ ਨੀ ਲੈ ਕੇ ਆਏ, ਕੋਈ ਅਸੀਂ ਘੜਾ ਨੀ ਭੰਨਿਆ। ਸੋ ਵੀਰਾਂ ਨੂੰ ਬੇਨਤੀ ਹੈ ਕਿ ਇਹ ਭੋਗਾਂ ਵਾਲੇ ਤੇ ਵਿਆਹਾਂ ਵਾਲੇ ਜਿਹੜੇ ਨਜਾਇਜ਼ ਖਰਚੇ ਨੇ, ਜਿਹੜੇ ਆਪਾਂ ਨੂੰ ਖੁਦਕੁਸ਼ੀਆਂ ਵੱਲ ਲੈ ਕੇ ਜਾਂਦੇ ਨੇ, ਦੋਸਤੋ ਇਹਨਾਂ ਨੂੰ ਰੋਕੋ। ਮਾਂ ਪਿਓ ਸਭ ਨੂੰ ਪਿਆਰੇ ਹੁੰਦੇ ਨੇ, ਉਹ ਗੱਲ ਵੱਖਰੀ ਹੈ, ਪਰ ਆ ਜਿਹੜੇ ਪਖੰਡ ਨੇ, ਕੁਛ ਕੁਰੀਤੀਆਂ ਨੇ ਆਪਣੀਆਂ, ਇਹਨਾਂ ਨੂੰ ਰੋਕਣ ਦੀ ਲੋੜ ਹੈ। ਸੋ ਬੇਨਤੀ ਹੈ ਕਿ ਤੁਸੀਂ ਸਹਿਯੋਗ ਦੇਵੋਗੇ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਕਾਇਨਾਤ ਨੂੰ ਬੇਨਤੀ ਕਰਦੇ ਹਾਂ, ਜਿਹੜਾ ਇਹ ਫੁੱਲਾਂ ਦੀ ਰਸਮ ਹੈ, ਕੱਲ ਸੰਸਕਾਰ ਦੀ ਰਸਮ ਹੋਈ ਹੈਗੀ ਜਿਹੜੀ, ਉਹ ਵੀ ਘੜਾ ਜਾਂ ਠੀਕਰੀਆਂ ਭੰਨੇ ਤੋਂ ਬਿਨਾਂ ਹੀ ਹੋਈ ਹੈ, ਜੋ ਆਪਾਂ ਠੀਕਰੀਆਂ ਰਸਤਿਆਂ 'ਚ ਖੰਡਾਉਂਦੇ ਹਾਂ। ਸਫਾਈ ਕਰਨ ਵਾਲਾ ਕੋਈ ਕੋਈ ਹੈ ਤੇ ਗੰਦ ਪਾਉਣ ਵਾਲੇ ਬਹੁਤੇ ਨੇ। ਪਿੰਨੀਆਂ ਜੋ ਅਨਾਜ ਆਪਾਂ ਬੇਅਦਬੀ ਕਰਦੇ ਹਾਂ ਉਹ ਕਿਸੇ ਗਰੀਬ ਦੇ ਮੂੰਹ ਦੇ ਵਿੱਚ ਪੈ ਜਾਵੇ, ਪਰ ਇਹ ਜਿਹੜੀ ਫੁੱਲਾਂ ਦੀ ਰਸਮ ਹੈ ਇਹ ਵੀ ਪਹਿਲਾਂ ਅਸੀਂ ਨਹਿਰ ਦੇ ਵਿੱਚ ਹੀ ਮਤਲਬ ਪੰਡ ਬੰਨ ਕੇ ਜੋ ਸਵਾਹ ਦੀ ਉਹ ਤੇਰ ਕੇ ਗਏ ਹਾਂ, ਤੇ ਨਾਲ ਹੀ ਹੁਣ ਜੋ ਫੁੱਲ ਨੇ ਉਹ ਵੀ ਆਪਣੀ ਮਾਤਾ ਦੇ ਫੁੱਲ, ਇਹ ਜੋ ਸਾਡਾ ਭਰਾ ਹੈ ਇਹ ਤੈਰਨ ਵਾਸਤੇ ਆਇਆ, ਪਿੰਡ ਦੇ ਵਿੱਚ ਪਿੰਡ ਦੀ ਨਹਿਰ ਦੇ ਵਿੱਚ ਹੀ ਤੈਰਨੇ ਹਨ, ਤੇ ਪਹਿਲੀ ਵਾਰ ਇੰਨੀ ਸੰਗਤ ਪਿੰਡ ਦੀ ਫੁੱਲ ਤੇਰਨ ਵਾਸਤੇ ਆਈ ਹੈ। ਜੇ ਆਪਾਂ ਕੀਰਤਨਪੁਰ ਸਾਹਿਬ ਜਾਂਦੇ ਹਾਂ ਜਾਂ ਮੰਨ ਲਓ ਗੰਗਾ ਹਰਿਦੁਆਰ ਕਿਤੇ ਵੀ ਜਾਂਦੇ ਹਾਂ, ਉੱਥੇ ਇੰਨੀ ਸੰਗਤ ਕਦੇ ਵੀ ਪਿੰਡ ਦੇ ਬੰਦੇ ਦੇ ਫੁੱਲ ਪਾਉਣ ਵਾਸਤੇ ਨਹੀਂ ਗਏ। ਇਹ ਪਹਿਲੀ ਵਾਰ ਹੋਇਆ ਕਿ ਇੰਨੀ ਸੰਗਤ ਪਿੰਡ ਦੀ ਜੋ ਹੈ ਫੁੱਲ ਤੈਰਨ ਵਾਸਤੇ ਪਿੰਡ ਦੀ ਨਹਿਰ ਦੇ ਵਿੱਚ ਆਈ ਹੈ, ਤੇ ਸਾਰਾ ਪਖੰਡਵਾਦ ਤੋਂ ਉਹ ਖੰਮਣੀ ਕੋਈ ਅੱਟੀ ਵਗੈਰਾ ਕੁਛ ਨਹੀਂ ਬੰਨਿਆ ਸਿਵਿਆਂ ਤੇ, ਕਿ ਕੋਈ ਪਖੰਡਵਾਦ ਨਹੀਂ ਹੋਇਆ, ਟੋਆ ਪੱਟ ਕੇ ਨਿਭਾਈ ਨਹੀਂ, ਮਾਤਾ ਫਰਸ਼ ਦੇ ਉੱਤੇ ਨਿਭਾਈ ਹੈ। ਆਹ ਗੱਲ ਕਰ ਸਕਦੇ ਹੋ ਵੀਰ ਨਾਲ। ਹਾਂਜੀ ਭਾਈ ਸਾਹਿਬ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਮੇਰੀ ਜੀ ਬੇਨਤੀ ਹੈ, ਖੋਲ ਲਿਓ ਇਹਨਾਂ ਨੂੰ। ਮੇਰੀ ਮਾਤਾ ਜੀ ਕਾਫੀ ਦਿਨਾਂ ਤੋਂ ਬਿਮਾਰ ਸੀਗੇ ਤੇ ਉਹਨਾਂ ਦੀ ਬੜੀ ਸੇਵਾ ਕੀਤੀ ਹੈ, ਮੈਂ ਸਾਰੇ ਲੱਗਣ ਨੂੰ ਪਤਾ ਹੈ, ਹਸਪਤਾਲਾਂ ਚ ਲਈ ਫਿਰਿਆ, ਚਲੋ ਉਹਨਾਂ ਦਾ ਰਾਜ ਨਹੀਂ ਹੋਇਆ, ਕੱਲ ਪੂਰੇ ਹੋ ਗਏ। ਸੋ ਬੇਨਤੀ ਹੈ ਵੀਰਾਂ ਨੂੰ ਕਿ ਆਪਾਂ ਨੇ ਨਾ ਉਹਨਾਂ ਦੀ ਜਿਹੜੀ ਫੁੱਲਾਂ ਦੀ ਰਸਮ ਹੈ ਉਹ ਬੜੇ ਸੋਹਣੇ ਤਰੀਕੇ ਨਾਲ ਇੱਥੇ ਆਪਣੇ ਪਿੰਡ ਦੀ ਨਹਿਰ ਦੇ ਵਿੱਚ ਹੀ ਤੇਰ ਦੇਣੇ ਨੇ, ਕਿਉਂਕਿ ਪਹਿਲਾਂ ਲੋਕ ਕੀਰਤਪੁਰ ਜਾਂਦੇ ਸੀਗੇ, ਗੰਗਾ ਜਾਂਦੇ ਸੀਗੇ, ਰਾਹਾਂ 'ਚ ਐਕਸੀਡੈਂਟ ਹੋ ਜਾਂਦੇ ਨੇ, ਅਤੇ ਨਾ ਹੀ ਇਹਨਾਂ ਚੀਜ਼ਾਂ ਦਾ ਵੀਰੇ ਫਾਇਦਾ ਹੁੰਦਾ। ਜੇ ਫਾਇਦਾ ਹੁੰਦਾ ਤਾਂ ਆਪਾਂ ਗੰਗਾ ਨਗਰ ਤੋਂ ਗੰਗਾ ਤੋਂ ਅੱਗੇ ਵੀ ਚਲੇ ਜਾਂਦੇ ਹੈ ਨਾ, ਕੋਈ ਫਾਇਦਾ ਨਹੀਂ ਹੋਣਾ।